ਆ ਦੇਖੋ ਮੈਨੂੰ ਗ੍ਰਿਪ ਕਰ ਲਿਆ ਇਹਦੇ ਆ ਦੇਖੋ ਤੁਸੀਂ ਜੇਕਰ ਮੈਨੂੰ ਜ਼ਿਆਦਾ ਗ੍ਰਿਪ ਕਰੇਗਾ ਤੁਸੀਂ ਮੇਰੀ ਗਰਦਨ ਹੱਥ ਨਾਲ ਛੁਡਾਓਗੇ ਜ਼ਰੂਰ ਛੁਡਾਓਗੇ ਇਹ ਦੇਖੋ ਮੇਰੀ ਗਰਦਨ ਘੁੱਟ ਦਿੱਤੀ ਹੈ ਔਰ ਘੁੱਟ ਰਿਹਾ ਵਾ ਹੈ ਜੀ ਤੇ ਇਹ ਆ ਦੇਖੋ ਤੁਸੀਂ ਮੇਰੀ ਗਰਦਨ ਬਹੁਤ ਜ਼ਿਆਦਾ ਘੁੱਟ ਦਿੱਤੀ ਇੱਥੇ ਤਾਂ ਇਹ ਇਨਸਾਨ ਨੂੰ ਇਸ ਤਰ੍ਹਾਂ ਗ੍ਰਿਪ ਕਰਕੇ ਮਾਰ ਦਿੰਦਾ ਹੈ ਗ੍ਰਿਪ ਕਰਕੇ ਤਾਂ ਹੁਣ ਤੁਸੀਂ ਕਿਸ ਤਰ੍ਹਾਂ ਲੈ ਕੇ ਕਿੱਸਾ ਜਾਓਗੇ ਇਹਨੂੰ ਮੈਂ ਬਿਲਕੁਲ ਇੱਕ ਪੱਤਾ ਲਿਆਦਾ ਹਾਂ ਨਾ ਇਹਲਾ ਸਾਡਾ ਇੱਕ ਬੈਗ ਟਾਈਪ ਉਸ ਬੈਗ ਚ ਮ ਕਰੋ ਕਰੋ ਸ ਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇੱਕ ਹੋਰ ਰੈਸਕਿਊ ਆਪਰੇਸ਼ਨ ਦੀਆਂ ਨੇ ਇਨਸਾਨੀ ਜਾਨਾਂ ਨੂੰ ਵੀ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਤਾਂ ਉਸ ਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਅਜਗਰ ਨੂੰ ਜਿਹੜਾ ਫੜਿਆ ਗਿਆ ਸਰ ਜੋਈ ਸਾਹਿਬ ਅਸੀਂ ਚਾਹਾਂਗੇ ਤੁਸੀਂ ਸਾਡਾ ਇਸ ਤਰ੍ਹਾਂ ਗੱਲ ਜਾਰੀ ਰੱਖੋ ਕਿ ਇਹ ਕਿੰਨੀ ਦੇਰ ਦਾ ਅਜਗਰ ਹੈ ਇਹ 2 ਸਾਲ ਤੋਂ ਘੱਟ ਹੈ ਔਰ 1.5 ਸਾਲ ਤੋਂ ਜ਼ਿਆਦਾ ਹੈ ਐਸ ਵੇਲੇ ਕੱਟਣ ਦੇ ਮੂਡ 'ਚ ਸੀ ਮੈਨੂੰ ਪਰ ਅਸੀਂ ਇਹਨੂੰ ਮੌਕਾ ਨਹੀਂ ਦਿੱਤਾ ਅੱਜ ਅਸੀਂ ਤੁਹਾਨੂੰ ਇੱਕ ਐਸੇ ਵਿਅਕਤੀ ਨਾਲ ਮਿਲਾਨ ਜਾ ਰਹੇ ਹਾਂ ਜਿਸ ਨੂੰ ਕੀ ਸੱਪ ਫੜਨ ਦਾ ਸ਼ੌਂਕ ਹੈ ਤਾਂ ਅੱਜ ਇੱਕ ਅਸੀਂ ਖਾਲੀ ਜਗ੍ਹਾ ਤੇ ਆਏ ਜਿੱਥੇ ਕਿ ਇੱਕ ਸੂਚਨਾ ਮਿਲੀ ਕਿ ਇੱਕ ਅਜਗਰ ਇੱਥੇ ਹੈ ਜੋ ਕਿ ਬੱਚਾ ਹੈ ਛੋਟਾ ਬੱਚਾ ਹੈ ਜਿਹਾ ਅਜਗਰ ਦਾ ਬੱਚਾ ਜਿਹਨੂੰ ਕਿਹਾ ਜਾਂਦਾ ਹੈ ਉਸ ਨੂੰ ਫੜਨ ਵਾਸਤੇ ਆਜਾ ਇੱਥੇ ਆਇਨੇ ਸ਼ੋਕ ਜੋਸ਼ੀ ਜੋ ਕਿ ਲੰਬੇ ਸਮੇਂ ਤੋਂ ਜਾਨਵਰਾਂ ਦੀ ਸੇਵਾ ਕਰਦੇ ਨੇ ਤੇ ਅੱਜ ਉਹ ਤੋਂ ਅਸੀਂ ਦਿਖਾਣ ਆਇਆ ਇੱਕ ਰੈਸਕਿਊ ਆਪਰੇਸ਼ਨ ਹੈ ਇਸ ਸੱਪ ਨੂੰ ਬਚਾਉਣ ਦਾ ਦਰਸਲ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਜਾਨਵਰ ਜਿਹੜਾ ਆਂਦਾ ਹੈ ਤਾਂ ਉਸ ਨੂੰ ਲੋਕ ਮਾਰਦੇ ਨੇ ਲੇਕਿਨ ਅਸ਼ੋਕ ਜੋਸ਼ੀ ਕੈਸੇ ਸ਼ਖਸ ਨੇ ਜਿਹੜੇ ਕੀ ਹੈ ਨਾ ਜਾਨਵਰਾਂ ਦੀ ਰੱਖਿਆ ਕਰਦੇ ਨੇ ਤੇ ਇਹਨਾਂ ਨੂੰ ਬਚਾਉਂਦੇ ਨੇ ਤਾਂ ਇਸ ਵਕਤ ਤੁਸੀਂ ਜਿਹੜੇ ਆਪਣੀ ਟੀਵੀ ਸਕਰੀਨ ਤੇ ਜਿਸ ਜੀਵ ਨੂੰ ਦੇਖ ਰਹੇ ਦਰਸਲ ਇਸ ਨੂੰ ਅਜਗਰ ਕਿਹਾ ਜਾਂਦਾ ਹੈ ਤਾਂ ਸੱਪ ਦੀ ਇੱਕ ਪ੍ਰਜਾਤੀ ਹੈ ਤਾਂ ਇਸ ਪਹਿਲੇ ਪਹਿਲੇ ਅਸੀਂ ਜਾਣ ਲਾਂਗੇ ਕਿ ਆਖਿਰਕਾਰ ਸਰ ਕੀ ਕਹਿਣਾ ਚਾਹੋਗੇ ਕੀ ਇਹ ਹੈ ਕਾਫੀ ਸੀ ਲੰਬਾ ਦੇਖ ਰਹੇ ਹਾਂ ਕਾਫੀ ਲੰਬਾ ਹੈ ਤਾਂ ਕੀ ਇਹਨੂੰ ਕਿਹਾ ਜਾਂਦਾ ਇਹਨੂੰ ਇਹ ਅਜਗਰ ਹੈ ਸਨੇਕ ਦੀ ਪ੍ਰਜਾਤੀ ਹੈ ਔਰ ਇਹ 9 ਤੋਂ 10 ਫੁੱਟ ਲੰਬਾ ਵਾ ਲਗਭਗ 14 ਕਿਲੋ ਦਾ ਹੈ ਜਦ ਵੀ ਇਹ ਸ਼ਿਕਾਰ ਕਰਦਾ ਆਪਣੇ ਸ਼ਿਕਾਰ ਨੂੰ ਕੁੱਟ ਕੇ ਗ੍ਰਿਪਿੰਗ ਪਾਵਰ ਬਹੁਤ ਜ਼ਿਆਦਾ ਹੈ ਕੁੱਟ ਕੇ ਗ੍ਰਿਪ ਕਰਕੇ ਮਾਰ ਕੇ ਫਿਰ ਉਸ ਨੂੰ ਨਿਗਲਦਾ ਹੈ ਔਰ ਇਹਦੇ ਮੂੰਹ ਚ ਬੈਕਟੀਰੀਆਜ਼ ਬਹੁਤ ਹੀ ਖਤਰਨਾਕ ਹੁੰਦੇ ਨੇ ਇਹਦੇ ਕਟਣ ਨਾਲ ਵੀ ਇਨਸਾਨ ਜੜਾ ਵਾ ਮਰ ਸਕਦਾ ਵਾ ਤੇ ਤੁਸੀਂ ਉਸ ਨੂੰ ਕਿਸ ਤਰ੍ਹਾਂ ਪਕੜੋਗੇ ਅਸੀਂ ਚਾਹਾਂਗੇ ਤੁਸੀਂ ਸਾਨੂੰ ਪੜ ਕੇ ਦਿਖਾਓ ਔਰ ਕੀ ਕਰਦੇ ਕੀ ਹੋ ਤੁਸੀਂ ਕੀ ਸੇਵਾ ਕਰਦੇ ਹੋ ਜੀ ਇਸ ਨੂੰ ਅਸੀਂ ਪਕੜ ਕੇ ਰੈਸਕਿਊ ਕਰਕੇ ਸਾਡੇ ਦੋ ਮਕਸਦ ਨੇ ਇਹਨੂੰ ਪਕੜਨ ਦੇ ਇੱਕ ਤਾਂ ਦੇਖੋ ਇਹ ਵਿਲੁਪਤ ਪ੍ਰਜਾਤੀ ਹੈ ਮੈਂ ਅੰਮ੍ਰਿਤਸਰ ਚੋਂ 5-6 ਸਾਲ ਬਾਅਦ ਅਜਗਰ ਪਕੜਿਆ ਪਹਿਲਾ ਅਜਗਰ ਜਿਹੜਾ ਪਕੜਿਆ ਸੀ ਉਹ ਲਗਭਗ 18 ਕਿਲੋ ਦਾ ਉਹ 18 ਫੁੱਟ ਲੰਬਾ ਰੋ 29 ਕਿਲੋ ਦਾ ਸੀ ਔਰ ਇਹ ਅਜੇ ਬੱਚਾ ਵਾ 2 ਸਾਲ ਤੋਂ ਵੀ ਕਾਫੀ ਘਟਾ ਹੈ ਔਰ ਇਸ ਨੂੰ ਪਕੜਨ ਲੱਗਿਆ ਕੁਝ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਨੇ ਨਹੀਂ ਤਾਂ ਚਾਹਾਂਗੇ ਤੁਸੀਂ ਪਕੜ ਕੇ ਦਿਖਾਓ ਕਿਸ ਤਰ੍ਹਾਂ ਪਕੜੋਗੇ ਕਿਉਂਕਿ ਇਸ ਵਕਤ ਕਾਫੀ ਜ਼ਿਆਦਾ ਹੈ ਐਕਟਿਵ ਮੂਡ ਚ ਨਜ਼ਰ ਆ ਰਿਹਾ ਹੈ ਤਾਂ ਕਿਸ ਤਰ੍ਹਾਂ ਨੂੰ ਪਕੜੋਗੇ ਤੁਸੀਂ ਚਾਹਵਾਂਗੇ ਤੁਸੀਂ ਪਕੜ ਕੇ ਦਿਖਾਓ ਹਾਂ ਇਹਨੂੰ ਮੈਂ ਜ਼ਰੂਰ ਰੈਸਕਿਊ ਕਰਾਂਗਾ ਇਸ ਦੇ ਰੈਸਕਿਊ ਕਰਨ ਦਾ ਮੇਰਾ ਮਤਲਬ ਇਹ ਹੋਈ ਹੈ ਕਿ ਵਿਲੂਪ ਪ੍ਰਜਾਤੀ ਦੀ ਜਾਨ ਬਚਾਉਣਾ ਔਰ ਇਹਨਾਂ ਤੋਂ ਇਨਸਾਨਾਂ ਦੀ ਵੀ ਜਾਨ ਬਚਾਉਣਾ ਔਰ ਬਾਕੀ ਜਾਨਵਰਾਂ ਦੀ ਵੀ ਜਾਨ ਬਚਾਉਣਾ ਇਸ ਨੂੰ ਪਕੜ ਕੇ ਅਸੀਂ ਜੰਗਲਾਤ ਨੂੰ ਨਾਲ ਲੈ ਕੇ ਇੱਕ ਘਣੇ ਜੰਗਲ ਦੇ ਵਿੱਚ ਇੱਥੋਂ ਕੋਈ ਲਗਭਗ 40-50 ਕਿਲੋਮੀਟਰ ਦੂਰ ਇਹਨੂੰ ਅਸੀਂ ਆਜ਼ਾਦ ਕਰਾਂਗੇ ਤਾਂ ਇਹਨੂੰ ਪਕੜੋਗੇ ਤੁਸੀਂ ਹਾਂਜੀ ਇਹਨੂੰ ਮੈਂ ਜ਼ਰੂਰ ਪਕੜਾਂਗਾ ਜੀ ਸੇਵਾ ਕਰਦੇ ਹੋ ਇਹ ਵੱਲੀ ਹਾਂਜੀ ਇਹ ਮੈਂ ਸੇਵਾ ਕਰਦਾ ਨਿਸ਼ੁਲਕ ਸੇਵਾ ਕਰਦਾ ਹਾਂ ਮਤਲਬ ਜਾਨਵਰ ਸੱਪਾਂ ਨੂੰ ਬਚਾਉਣਾ ਮੈਂ ਬਿਲਕੁਲ ਜੀ ਸੱਪਾਂ ਨੂੰ ਬਚਾਉਣ ਦੀ ਸੇਵਾ ਕਰਦਾ ਹਾਂ ਸੱਪਾਂ ਤੋਂ ਇਨਸਾਨਾਂ ਨੂੰ ਬਚਾਉਣ ਦੀ ਸੇਵਾ ਵੀ ਕਰਦਾ ਹਾਂ ਤਤ ਕਰੋਗੇ ਤੁਸੀਂ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਬੜਾ ਡੈਡਲੀ ਜਿਹਾ ਆਪਰੇਸ਼ਨ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਅਜਗਰ ਜਿਹੜਾ ਆਪਣੇ ਫੁੱਲ ਫਲੋਅ ਤੇ ਵਿੱਚ ਪੂਰਾ ਇਸ ਵਕਤ ਐਕਟਿਵ ਹੈ ਤਾਂ ਉਸ ਨੂੰ ਫੜਨ ਦਾ ਕੰਮ ਜਿਹੜਾ ਹੈ ਇੱਥੇ ਕੀਤਾ ਜਾ ਰਿਹਾ ਹੈ ਜੋ ਕਿ ਸ਼ੋਕ ਜੋਸ਼ੀ ਜੋ ਨੇ ਜੋ ਕਿ ਲੰਬੇ ਸਮੇਂ ਤੋਂ ਸੇਵਾ ਕਰਦੇ ਨੇ ਤਾਂ ਉਹਨਾਂ ਦਾ ਮਕਸਦ ਹੁੰਦਾ ਜਦੋਂ ਵੀ ਕਿਸੇ ਇਸ ਤਰ੍ਹਾਂ ਦੇ ਜਾਨਵਰ ਨੂੰ ਉਹ ਪਕੜਦੇ ਨੇ ਆਪਣਾ ਤਾਂ ਉਸ ਤੋਂ ਬਾਅਦ ਉਸ ਨੂੰ ਜਿਹੜਾ ਹੈ ਕਿਸੇ ਖਾਸ ਸੁਰੱਖਿਅਤ ਜਗ੍ਹਾ ਤੇ ਰੱਖ ਕੇ ਆਂਦੇ ਨੇ ਭੇਜ ਦਿੰਦੇ ਨੇ ਸਰ ਨੂੰ ਤੁਸੀਂ ਕੀ ਕਰ ਰਹੇ ਹੋ ਇਸ ਵੇਲੇ ਦਾ ਮਾਹੌਲ ਦੇਖ ਰਿਆ ਵਾਂ ਇਸ ਦੀ ਐਕਟੀਵਿਟੀਆਂ ਗਤੀਆਂ ਵੀ ਦੇਖਦਾ ਪਿਆ ਵਾਂ ਵੀ ਇਹ ਕਿਸ ਤਰੀਕੇ ਨਾਲ ਅਟੈਕ ਕਰ ਸਕਦਾ ਵਾ ਕਰ ਸਕਦਾ ਵਾ ਜਾਂ ਨਹੀਂ ਕਰ ਸਕਦਾ ਇਹ ਕਿੰਨਾ ਕਿ ਐਕਟਿਵ ਹੈ ਤਾਂ ਤੁਸੀਂ ਐਕਟੀਵਿਟੀ ਆਪਣੀ ਜਾਰੀ ਰੱਖੋ ਤਾਂ ਤੁਹਾਨੂੰ ਤਸਵੀਰਾਂ ਤੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਾ ਰੈਸਕਿਊ ਆਪਰੇਸ਼ਨ ਹੈ ਕਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਤੇ ਉਸ ਸੱਪ ਦੀ ਜਿਹੜੀ ਹੈ ਦੇਖੀ ਜਾ ਰਹੀ ਐਕਟੀਵਿਟੀ ਕਿ ਉਸ ਦੀ ਐਕਟੀਵਿਟੀ ਹੈ ਕੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਰਿਐਕਟ ਕਰ ਸਕਦਾ ਹੈ ਕਿਉਂਕਿ ਕਾਫੀ ਜ਼ਿਆਦਾ ਇਹ ਜਿਹੜਾ ਸੱਪ ਅਜਗਰ ਜਿਹੜਾ ਅਸੀਂ ਦੱਸਾਂਗੇ ਕਿ ਕਿਉਂਕਿ ਦੱਸਿਆ ਜਾਂਦਾ ਹੈ ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਇਹ ਪਕੜਦਾ ਹੈ ਤਾਂ ਉਸ ਨੂੰ ਜਕੜ ਕੇ ਮਾਰਦਾ ਹੈ ਕਿਉਂਕਿ ਇਹਦੀ ਬੋਡੀ ਦੇ ਵਿੱਚ ਨਹੀਂ ਤਾਕਤ ਹੁੰਦੀ ਹੈ ਜਿਸ ਤਰ੍ਹਾਂ ਕੀ ਰੱਸੀ 'ਚ ਤਾਕਤ ਹੁੰਦੀ ਹੈ ਉਸ ਤੋਂ ਵੱਧ ਤਾਕਤ ਇਸ ਵਿਅਕਤੀ ਇਸ ਅਜਗਰ ਦੇ ਵਿੱਚ ਹੁੰਦੀ ਹੈ ਤਾਂ ਜਦੋਂ ਇਹ ਕਿਸੇ ਨੂੰ ਵੀ ਮਾਰ ਕਰਦਾ ਹੈ ਤਾਂ ਉਸ ਵੇਲੇ ਸਾਨੂੰ ਵੀ ਐ ਜਿਹੜਾ ਹੈ ਉਸ ਦੀ ਜਾਨ ਲੈ ਸਕਦਾ ਹੈ ਲੇਕਿਨ ਫਿਲਹਾਲ ਇਸ ਦੀ ਜਿਹੜੀ ਹੈ ਤੁਸੀਂ ਵੇਖ ਸਕਦੇ ਹੋ ਕਿੰਨੇ ਇੱਕ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਹੈ ਇਸ ਦੀ ਜਿਹੜੀ ਸਭ ਤੋਂ ਪਹਿਲੀ ਗੱਲ ਹੈ ਨੇਚਰ ਨੂੰ ਜਿਹੜਾ ਹੈ ਸੋਤ ਉਹ ਤਰਾਸ਼ਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਪਕੜਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਕਿਉਂਕਿ ਉਸ ਨੂੰ ਹੱਥ ਪਾਣਾ ਕਾਫੀ ਮੁਸ਼ਕਲ ਹੈ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦੇ ਕਿਸੇ ਵੀ ਸਨੇਗ ਜਾਂ ਅਜਗਰ ਨੂੰ ਜਦੋਂ ਅਸੀਂ ਪਕੜਦੇ ਹਾਂ ਤਾਂ ਉਹ ਸਭ ਤੋਂ ਪਹਿਲਾਂ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਵਿਅਕਤੀ ਨੂੰ ਲਵੇਟਿਆ ਜਾਵੇ ਕਿਉਂਕਿ ਉਹ ਅਗਰ ਲਵੇਟ ਲੰਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਕਾਫੀ ਦਿੱਕਤ ਦੇ ਤੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜੀ ਇਸ ਵਕਤ ਮੇਨ ਜਿਹੜਾ ਹੈ ਉਸ ਨੂੰ ਉਸ ਦੀ ਗਿੱਚੀ ਪਕੜੀ ਗਈ ਤਾਂ ਤਕਰੀਬਨ ਉਸ ਦੀ ਹਾਈਟ ਤਾਂ ਦਿਖਾ ਰਹੇ ਹਾਂ ਕਿਸ ਤਰੀਕੇ ਦੀ ਹੈ ਤਾਂ ਕਿ ਇੱਕ ਪੂਰੀ ਬਾਡੀ ਦੇ ਉੱਤੇ ਜਿਹੜਾ ਹੈ ਇਸ ਵਕਤ ਉਹਨਾਂ ਵੱਲੋਂ ਇਸ ਨੂੰ पकੜਿਆ ਗਿਆ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇੱਕ ਹੋਰ ਰੈਸਕਿਊ ਆਪਰੇਸ਼ਨ ਦੀਆਂ ਨੇ ਇਨਸਾਨੀ ਜਾਨਾਂ ਨੂੰ ਵੀ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਤਾਂ ਉਸ ਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਅਜਗਰ ਨੂੰ ਜਿਹੜਾ ਫੜਿਆ ਗਿਆ ਸਰ ਜੋਈ ਸਾਹਿਬ ਅਸੀਂ ਚਾਹਾਂਗੇ ਤੁਸੀਂ ਸਾਡਾ ਇਸ ਤਰ੍ਹਾਂ ਗੱਲ ਜਾਰੀ ਰੱਖੋ ਕਿ ਇਹ ਕਿੰਨੀ ਦੇਰ ਦਾ ਅਜਗਰ ਹੈ ਇਹ 2 ਸਾਲ ਤੋਂ ਘੱਟ ਹੈ ਔਰ 1.5 ਸਾਲ ਤੋਂ ਜ਼ਿਆਦਾ ਹੈ ਔਰ ਕਿਸ ਤਰ੍ਹਾਂ ਦੀ ਏਜ ਦਾ ਕਿਸ ਤਰ੍ਹਾਂ ਤੁਸੀਂ ਅਮਾਇਰਮੈਂਟ ਲੈਂਦੇ ਹੋ ਇਹਦੀ ਇਸ ਜਿਹੜੀ ਆ ਇਹਦੇ ਵਜ਼ਨ ਤੋਂ ਇਹਦੀ ਲੰਬਾਈ ਤੋਂ ਪਤਾ ਲੱਗਦੀ ਆ ਜੀ ਸਾਰੀ। ਉਹਦੀ ਸਕਿਨ ਵੀ ਕੁਛ ਇਸ ਤਰ੍ਹਾਂ ਦੀ ਹੁੰਦੀ ਆ। ਹਾਂ ਸਕਿਨ ਤਾਂ ਇਹਦੀ ਹੁੰਦੀ ਆ। ਸਕਿਨ ਕਾਫੀ ਨਾਜ਼ੂਕ ਹੈ ਔਰ ਨਰਮ ਹੈ ਦੀ। ਔਰ ਐਸ ਵੇਲੇ ਕੱਟਣ ਦੇ ਮੂਡ 'ਚ ਸੀ ਮੈਨੂੰ। ਪਰ ਅਸੀਂ ਇਹਨੂੰ ਮੌਕਾ ਨਹੀਂ ਦਿੱਤਾ। ਸਰ ਜਿਹੜੀ ਇਹਦੇ ਇੱਕ ਜਿਹੜਾ ਡੰਕ ਹੁੰਦਾ ਉਹ ਕਿੱਥੇ ਹੁੰਦਾ? ਐਕਚੁਅਲੀ ਇਹਦਾ ਜਿਹੜਾ ਬੈਕਟੀਰੀਆਜ਼ ਡੰਕ ਜਾਂ ਜ਼ਹਿਰ ਬਾਕੀ ਸਭਾਂ ਦਾ ਇਸ ਤਰ੍ਹਾਂ ਜ਼ਹਿਰ ਹੁੰਦਾ ਮੂੰਹ 'ਚ ਹੀ ਹੁੰਦਾ। ਇਹਨਾਂ ਦੇ ਤਾਲੂ ਦੇ ਨਾਲ ਛਾਲਾ ਹੁੰਦਾ ਪਰ ਇਦੇ ਚ ਬੈਕਟੀਰੀਆਜ਼ ਹੁੰਦੇ ਆ ਇਹ ਜਰੀਲਾ ਨਹੀਂ ਹੁੰਦਾ ਬੈਕਟੀਰੀਆਜ਼ ਹੀ ਬੰਦੇ ਨੂੰ ਜਾਂ ਕਿਸੇ ਜਾਨਵਰ ਨੂੰ ਮਾਰ ਦਿੰਦੇ ਨੇ ਲੱਕੂਆ ਵੀ ਮਾਰ ਸਕਦਾ ਵਾ ਔਰ ਇਹਦੀ ਗ੍ਰਿਪਿੰਗ ਪਾਵਰ ਇੰਨੀ ਜ਼ੋਰ ਦੀ ਹੈ ਕਿ ਇੰਨੀ ਜ਼ੋਰ ਤੁਹਾਨੂੰ ਗ੍ਰਿਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂ ਜੇਕਰ ਜੇਕਰ ਇਹਨੂੰ ਮੈਂ ਇੱਕ ਸਾਈਟ ਤੋਂ ਛੱਡਦਾਗਾ ਮੈਨੂੰ ਗ੍ਰਿਪ ਕਰੇਗਾ ਉਹ ਡੇਂਜਰਸ ਹੋਏਗਾ ਇਸ ਨੂੰ ਲੈ ਕੇ ਮੈਂ ਮੈਂ ਗ੍ਰਿਪ ਕਰਾ ਕੇ ਦਿਖਾ ਦਿੰਦਾ ਜੀ ਤੁਹਾਨੂੰ ਪਰ ਜੇ ਮੈਨੂੰ ਗ੍ਰਿਪ ਕੀਤਾ ਤੇ ਤੁਹਾਨੂੰ ਛੁਡਵਾਣਾ ਜ਼ਰੂਰ ਹੋਏਗਾ ਜੀ 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 ਤਾਂ ਅਸੀਂ ਚਾਹਾਂਗੇ ਤੁਸੀਂ ਆਪਣੀ ਜਾਨ ਜੋਖਮ 'ਚ ਨਾ ਪਾਓ ਤੁਸੀਂ ਇਹਨੂੰ ਉਤਾਰ ਦਿਓ ਕਿਉਂਕਿ ਸਾਡਾ ਮਕਸਦ ਸਿਰਫ ਦੱਸਣਾ ਹੈ ਕਿ ਲੋਕਾਂ ਦੀ ਜਾਨਾਂ ਨੂੰ ਤੁਸੀਂ ਕਿਸ ਤਰ੍ਹਾਂ ਬਚਾਉਂਦੇ ਹੋ ਤਾਂ ਕਿਉਂਕਿ ਇਹਨਾਂ ਨਾਲ ਇਹਨਾਂ ਦੀ ਸੁਰੱਖਿਆ ਵੀ ਜ਼ਰੂਰੀ ਹੈ ਕਿੰਨੀ ਕੁ ਜ਼ਰੂਰੀ ਹੈ ਜੀ ਇਹਨਾਂ ਦੀ ਸੁਰੱਖਿਆ ਇਹਨਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਵਿਲੁਪਤ ਪਰ ਜਾਤੀ ਆ ਦੇਖੋ ਮੈਨੂੰ ਗ੍ਰਿਪ ਕਰ ਲਿਆ ਇਹਦੇ ਆ ਦੇਖੋ ਤੁਸੀਂ ਜੇਕਰ ਮੈਨੂੰ ਜ਼ਿਆਦਾ ਗ੍ਰਿਪ ਕਰੇਗਾ ਤੁਸੀਂ ਮੇਰੀ ਗਰਦਨੋਂ ਹੱਥ ਨਾਲ ਛੁਡਾਓਗੇ ਜਰੂਰ ਛੁਡਾਓਗੇ ਇਹ ਦੇਖੋ ਮੇਰੀ ਗਰਦਨ ਕੁੱਟ ਦਿੱਤੀ ਆ ਹੋਰ ਕੁੱਟ ਰਿਹਾ ਵਾ ਜੀ ਇਹ ਆ ਦੇਖੋ ਤੁਸੀਂ ਮੇਰੀ ਗਰਦਨ ਬਹੁਤ ਜ਼ਿਆਦਾ rescued operation ਤਾਂ ਦਿਖਾ ਰਿਹਾ ਤਾਂ ਇਸ ਤਰ੍ਹਾਂ ਹੀ ਵਾਰ ਕਰਦਾ ਹੈ ਅੱਜ ਇਸ ਤਰ੍ਹਾਂ ਘੁੱਟ ਦਿੰਦਾ ਬੰਦੇ ਨੂੰ ਉਤਾਰ ਦਿਓ ਜੀ ਤੁਸੀਂ ਸੀ ਨਹੀਂ ਚਾਹੁੰਦੇ ਕਿ ਸਾਡੇ ਕਰਕੇ ਤੁਹਾਡੀ ਜਾਨ ਜੋਖਮ ਚ ਹੋਵੇ ਤਾਂ ਮੇਨ ਮਕਸਦ ਇਹਦਾ ਗ੍ਰਿਪਿੰਗ ਹੀ ਹੈ ਇਸ ਤਰ੍ਹਾਂ ਗ੍ਰਿਪ ਕਰਦਾ ਹੂੰ ਤਾਂ ਤੁਹਾਨੂੰ ਦਿਖਾਇਆ ਅੱਜ ਅਸੀਂ ਤਾਂ ਇਹ ਇਨਸਾਨ ਨੂੰ ਇਸ ਤਰ੍ਹਾਂ ਗ੍ਰਿਪ ਕਰਕੇ ਮਾਰ ਦਿੰਦਾ ਹੈ ਹਾਂ ਗ੍ਰਿਪ ਕਰਕੇ ਤਾਂ ਹੁਣ ਇਹਨੂੰ ਤੁਸੀਂ ਕਿਸ ਤਰ੍ਹਾਂ ਲੈ ਕੇ ਕਿਸਥਾ ਜਾਓਗੇ ਇਹਨੂੰ ਮੈਂ ਬਿਲਕੁਲ ਇੱਕ ਕਪੜਾ ਲਿਆਂਦਾ ਹੁੰਦਾ ਹੈ ਥੈਲਾ ਸਾਡੇ ਕੋਲ ਹੁੰਦਾ ਇੱਕ ਬੈਗ ਟਾਈਪ ਉਸ ਬੈਗ ਚ ਇਹਨੂੰ ਕਰੋ ਕਰੋ ਅਸੀਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਜਿਹੜਾ ਹੈ ਉਸ ਨੂੰ ਬਚਾਇਆ ਜਾਂਦਾ ਹੈ ਤਾਂ ਇੱਕ ਅਜਗਰ ਜਿਹੜਾ ਹੈ ਉਸ ਨੂੰ ਪਕੜਿਆ ਗਿਆ ਹੈ ਤਾਂ ਅਜਗਰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਨਸਾਨ ਨੂੰ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਉਸ ਨੂੰ ਜਿਹੜਾ ਹੈ ਮਾਰਨ ਦੀ ਵੀ ਕੋਸ਼ਿਸ਼ ਕਰਦਾ ਹੈ ਤਾਂ ਉਹ ਅਸੀਂ ਅਜਗਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਜਗਰ ਹੈ ਜਿਹੜਾ ਇਸ ਵਕਤ ਜੋ ਕਿ ਅਸ਼ੋਕ ਜੋਸ਼ੀ ਜੋ ਕਿ ਇਹਨਾਂ ਜਾਨਵਰਾਂ ਦੀ ਸੇਵਾ ਕਰਦੇ ਨੇ ਉਹਨਾਂ ਦਾ ਕਹਿਣਾ ਕਿ ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਇਹਨਾਂ ਨੂੰ ਬਾਕਾਇਦਾ ਇਹਨਾਂ ਦੀ ਜੋ ਲਾਈਫ ਹੈ ਜੰਗਲਾਤ ਦੇ ਵਿੱਚ ਹੈ ਤੇ ਜੰਗਲਾਤ 'ਚ ਛੱਡਿਆ ਜਾਏਗਾ ਠੀਕ ਹੈ ਸਾਡੇ ਦੇਸ਼ ਦੇ ਵਿੱਚ ਇੱਕ ਹੋੜ ਲੱਗ ਗਈ ਹੈ ਕਿ ਅਸੀਂ ਜੰਗਲਾਤ ਨੂੰ ਖਤਮ ਕਰਕੇ ਉੱਥੇ ਕਲੋਨੀਆ ਕੱਟ ਰਹੇ ਨੇ ਮਕਾਨ ਬਣਾ ਰਹੇ ਆ ਲੇਕਿਨ ਫਿਲਹਾਲ ਜਿਹੜਾ ਹੈ ਉਸ ਨੂੰ ਰੈਸਕਿਊ ਕਰਨ ਦਾ ਕੰਮ ਜਰ ਰਿਹਾ ਹੈ ਉੱਥੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਵਿਸ਼ੇਸ਼ ਤੌਰ ਤੇ ਉਹਨਾਂ ਵੱਲੋਂ ਜਿਹੜਾ ਹੈਦਰ ਇੱਕ ਇੱਕ ਥੈਲਾ ਹੈ ਤਾਂ ਉਸ ਦੇ ਵਿੱਚ ਇਸ ਨੂੰ ਜਿਹੜਾ ਹੈ ਅੰਦਰ ਬੰਦ ਕੀਤਾ ਜਾਏਗਾ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇੱਕ ਜਾਨਵਰ ਨੂੰ ਅਧਿਕਰ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਬਚਾਉਣ ਦੀ ਮਹੀਮ ਹੈ ਸਰ ਕੁਝ ਹੋਰ ਗੱਲਾਂ ਕਰਾਂਗੇ ਤੁਹਾਡੇ ਨਾਲ ਜੀ ਜੀ ਬੰਨ ਲਓ ਜੀ ਬੰਨ ਇਨੂੰ ਫਿਰ ਤੁਸੀਂ ਫਿਰ ਕਿੱਥੇ ਇਸਰ ਛੱਡਣ ਜਾਓਗੇ ਮੈਂ ਹੁਣੇ ਡੀ ਐਫਓ ਅੰਮ੍ਰਿਤਸਰ ਨੂੰ ਜਿਹੜੇ ਕਾ ਆਈ ਐਸ ਅਫੀਸਰ ਨੇ ਜੰਗਲਾਤ ਵਿਭਾਗ ਦੇ ਇਹਨਾਂ ਨੂੰ ਸੂਚਿਤ ਕਰਾਂਗਾ ਔਰ ਇਹਨਾਂ ਦੇ ਨਾਲ ਜਾ ਕੇ ਬਹੁਤ ਘਨੇ ਜੰਗਲ ਚੋਂ ਕੋਈ ਵੀ ਜੰਗਲ ਇੱਥੋਂ ਜਿਹੜਾ ਘਨੇ ਜੰਗਲ ਨੇ ਕਮਾਲਪੁਰ ਜਾਂ ਰਈਆ ਇਹ ਸਾਰੇ 40 40 ਕਿਲੋਮੀਟਰ ਦੂਰ ਨੇ ਉੱਥੇ ਦਰਿਆ ਵੀ ਨੇ ਤੇ ਉਥੇ ਇਹਨਾਂ ਨੂੰ ਛੱਡਿਆ ਜਾਏਗਾ ਜਿੱਥੇ ਇਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੋਏਗਾ ਨਾ انسان ਦੀ ਜਾਨ ਨੂੰ ਖਤਰਾ ਹੋਏਗਾ ਉਥੇ ਸੁਰੱਖਿਤ ਰਹਿ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੂੰ ਆਪਣੀ ਕਾਰ ਦੇ ਵਿੱਚ ਉਹ ਲੈ ਕੇ ਜਾ ਰਹੇ ਨੇ ਤਾਂ ਇਹਨਾਂ ਨੂੰ ਰੱਖਿਆ ਜਾਏਗਾ ਤਾਂ ਫਿਲਹਾਲ ਕੁਝ ਇੱਕ ਦਾ ਸਵਾਲ ਹੋਰ ਤੁਹਾਡਾ ਕਰਨਾ ਚਾਹਾਂਗੇ ਸ਼ੁਕਜੀ ਜਿੱਥੇ ਕਿ ਤੁਸੀਂ ਅੱਜ ਇੱਕ ਕਰ ਰਹੇ ਹੋ ਮਕਸਦ ਕੀ ਹੈ ਤੁਹਾਡਾ ਮੇਰਾ ਮਕਸਦ ਤਾਂ ਇਹ ਹੋਈ ਹੈ ਕਿ insani janam hi bachan ਔਰ ਜਾਨਵਰਾਂ ਦੀਆਂ ਜਾਨਾਂ ਵੀ ਬਹੁਤ ਕੀਮਤੀ ਨੇ ਵਿਲੁਪਤ ਪਰਜਾਤੀ ਹੈ ਔਰ ਪੁਨ ਦਾ ਕੰਮ ਹੈਗਾ ਇਸ ਦੁਨੀਆ ਚੋਂ ਦੇਖੋ ਕੁਝ ਵੀ ਨਹੀਂ ਲੈ ਜਾਣਾ ਪੈਸਾ ਤਾਂ ਹੱਦੀ ਮੈਲ ਹੈ ਤਾਂ ਜੇ ਕੋਈ ਮੈਨੂੰ ਪੈਸੇ ਦੇ ਦਿੰਦਾ ਮੈਂ ਲੈ ਵੀ ਲੈਂਦਾ ਕੋਈ ਜ਼ਬਰਦਸਤੀ ਨਹੀਂ ਆ ਨਿਸ਼ੁਲਕ ਸੇਵਾ ਵੀ ਕਰਦਾ ਮੈਂ ਦੇਖੋ ਜਿੱਥੇ ਪਕੜਨ ਜਾਂਦਾ ਉਹ ਪੈਟਰੋਲ ਤਾਂ ਲੱਗਦਾ ਹੀ ਹੈ ਜੇ ਕੋਈ ਦਿੰਦਾ ਮੈਂ ਪਕੜ ਵੀ ਲੈਂਦਾ ਲੈ ਵੀ ਲੈਂਦਾ ਜਿੱਥੇ ਕੋਈ ਨਹੀਂ ਦੇਣ ਵਾਸਤੇ ਹੈਗਾ ਮੈਂ ਬਿਲਕੁਲ ਫ੍ਰੀ ਫੰਡ 'ਚ ਕੰਮ ਕਰਦਾ ਹਾਂ ਔਰ ਜਾਨਵਰਾਂ ਦੀ ਜਾਨ ਬਚਾਉਂਦਾ ਕਿੰਨੇ ਕਿ ਅਜ ਤੱਕ ਇਹ ਸਭ ਪਕੜ ਚੁੱਕੇ ਹੋ ਤੁਸੀਂ ਮੈਂ ਲਗਭਗ 5.5 6000 ਸਨੇਕ ਪਕੜ ਚੁੱਕਿਆ ਹਾਂ ਬਹੁਤ ਬਹੁਤ ਜਰੀਲੇ ਸਨੇਕ ਪਕੜ ਚੁੱਕਿਆ ਹਾਂ ਜਿਨ੍ਹਾਂ ਦੇ ਵਿੱਚੋਂ ਰਸਲ ਵਾਈਪਰ ਕਰੈਥ ਔਰ ਫਨੀਅਰ ਸੱਪ ਜਿਨ੍ਹਾਂ ਨੂੰ ਕੋਬਰਾ ਕਿਹਾ ਜਾਂਦਾ ਵਾ ਬਹੁਤ ਭਾਰੀ ਗਿਣਤੀ ਜੰਮ ਰਿਜ਼ਰਵ ਦੇ ਇਲਾਕਿਆਂ ਚੋਂ 20 20 30 30 40 40 ਕਿਲੋਮੀਟਰ ਦੂਰ ਜਾ ਜਾ ਕੇ ਵੀ ਪਕੜ ਕੇ ਉਹਨਾਂ ਨੂੰ ਜੰਗਲਾਂ ਦੇ ਵਿੱਚ ਆਦਾ ਕੋਈ ਵੀ ਸੱਪ ਹੈ ਸਾਰੇ ਮਾਸਾ ਹਰੀ ਹੁੰਦੇ ਆ ਇਹ ਦੁੱਧ ਨਹੀਂ ਪਿੰਦੇ ਸਪੇਰੇ ਲੋਗ ਇਹਨਾਂ ਨੂੰ ਦੁੱਧ ਪਿਲਾ ਦਿੰਦੇ ਆ ਸਪੇਰਿਆਂ ਨੂੰ ਸੱਪ ਰੱਖਣਾ ਕਿਸੇ ਨੂੰ ਵੀ ਸੱਪ ਰੱਖਣਾ ਸੱਪ ਦੀ ਕਮਾਈ ਖਾਣਾ ਇਸ ਨੂੰ ਬੰਦੀ ਬਣਾ ਕੇ ਰੱਖਣਾ ਉਹ ਬਹੁਤ ਵੱਡਾ ਜੁਰਮ ਹੈ ਔਰ ਇਹਦੀ ਸਜ਼ਾ ਵੀ 3-4 ਮਹੀਨੇ ਹੈਗੀ ਆ ਜੁਰਮਾਨਾ ਵੀ ਹੈਗਾ ਤੇ ਹੁਣ ਇਹਨਾਂ ਨੂੰ ਜਿੱਥੇ ਅਗਰ ਪਾਣੀ ਚ ਰੰਦੇ ਤੇ ਕੀ ਕਰਦੇ ਆ ਪਾਣੀ ਤਾਂ ਇਹਨਾਂ ਨੂੰ ਪੀਣ ਵਾਸਤੇ ਵੀ ਚਾਹੀਦਾ ਵਾ ਆਪਣਾ ਗਰਮੀਆਂ ਦੇ ਵਿੱਚ ਤਾਪਮਾਨ ਠੀਕ ਕਰਨ ਵਾਸਤੇ ਵੀ ਚਾਹੀਦਾ ਹੁੰਦਾ ਵਾ ਐਕਚੁਅਲੀ ਇਹ ਕੋਲਡ ਬਲੱਡ ਹੁੰਦੇ ਆ ਔਰ ਗਰਮੀਆਂ ਚ ਜਬ ਬਹੁਤ ਜ਼ਿਆਦਾ ਐਕਟਿਵ ਹੁੰਦੇ ਨੇ ਸਰਦੀਆਂ ਦੇ ਵਿੱਚ ਥੋੜੇ ਸੁਸਤ ਹੁੰਦੇ ਆ ਸਰਦੀਆਂ ਸੁਸਤ ਰਹਿੰਦੇ ਨੇ ਤਾਂ ਹੁਣ ਤੁਸੀਂ ਪਾਣੀ ਦੇ ਕਿਨਾਰੇ ਛੱਡ ਕੇ ਆਉ ਹਾਂਜੀ ਇਹਨਾਂ ਨੂੰ ਜੰਗਲ ਦੇ ਵਿੱਚ ਦਰਿਆ ਦੇ ਕਿਨਾਰੇ ਛੱਡਿਆ ਜਾਏਗਾ ਜਿੱਥੋਂ ਇਹਨਾਂ ਨੂੰ ਆਪਣਾ ਸ਼ਿਕਾਰ ਆਸਾਨੀ ਨਾਲ ਮਿਲ ਸਕੇ ਔਰ ਉਹ ਕਹਾਵਤ ਹੈ ਜਿਓ ਔਰ ਜੀਨੇ ਤੋ ਤਾਂ ਐਸਾ ਨਾ ਸ਼ੋਕ ਜੋਸ਼ੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੇ ਕਿ ਰੈਸਕਿਊ ਆਪਰੇਸ਼ਨ ਦਿਖਾਇਆ ਕਿ ਕਿਸ ਤਰੀਕੇ ਨਾਲ ਸੱਪ ਨੂੰ ਫੜਦੇ ਨੇ ਤਕਰੀਬਨ ਉਹਨਾਂ ਲੋ 5000 ਤੋਂ ਵੱਧ ਜਿਹੜੇ ਡੇਂਜਰਸ ਸਨੇਕਸ ਨੇ ਜਿਹਦੇ ਵਿੱਚ ਅਜਗਰ ਵੀ ਨੇ ਉਹਨਾਂ ਨੂੰ ਫੜਿਆ ਗਿਆ ਹੈ ਤਾਂ ਉਹਨਾਂ ਦਾ ਕਹਿਣਾ ਕਿ ਉਹ ਇੱਕ ਮਾਨਵਤਾ ਦੀ ਸੇਵਾ ਕਰ ਰਹੇ ਨੇ ਤੇ ਉਹਨਾਂ ਦਾ ਮਕਸਦ ਇਹ ਹੋਈ ਹੈ ਕਿ ਜਿਹੜੇ ਲੋਕ ਇਹਨਾਂ ਤੋਂ ਬਚ ਸਕਣ ਕਿਉਂਕਿ ਅਗਰ ਇਹ ਕਿਸੇ ਨੂੰ ਡੰਗ ਮਾਰ ਦੇਣਗੇ ਤਾਂ ਉਹਦੀ ਵੀ ਲਾਈਫ ਚਲੀ ਜਾਂਦੀ ਹੈ ਤਾਂ ਇਸ ਲਈ ਇਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦੀ ਵੀ ਜੀਵਨ ਹੈ ਤਾਂ ਇਹਨਾਂ ਦੀ ਲਾਈਫ ਜਰੀ ਹੈ 50 ਤੋਂ 60 ਸਾਲ ਹੁੰਦੀ ਹੈ ਤਾਂ ਬਹੁਤ ਸਾਰੇ ਸਨੇਕ ਹੁੰਦੇ ਲੋਕ ਕਈ ਵਾਰ ਉਹਨਾਂ ਦਾ ਸ਼ਿਕਾਰ ਕਰਦੇ ਨੇ ਲੇਕਿਨ ਉਹਨਾਂ ਨੂੰ ਬਚਾਉਣ ਦਾ ਇੱਕ ਨਵਾਂਕਰਾ ਪ੍ਰਯਾਸ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਕੈਮਰਾਮੈਨ ਅਛੇ ਦੇ ਨਾਲ ਸੁਮਿਤ ਖੰਨਾ ਜਗਬਾਨੀ ਟੀਵੀ ਅੰਮ੍ਰਿਤਸਰ